ਸਿੱਖ ਨਿਊਜ਼ ਐਕਸਪ੍ਰੈਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਜੀ ਸਰਦਾਰ ਪਰਮਜੀਤ ਸਿੰਘ ਜੀ ਸਰਨਾ, ਜਿਨ੍ਹਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਸਿਆਸਤ ਦੇ ਅੰਦਰ ਜੋ ਇਸ ਸਮੇਂ ਘਟਨਾਕ੍ਰਮ ਵਾਪਰ ਰਹੇ ਨੇ ਅਤੇ ਇਹ ਸਿੱਖ ਸਿਆਸਤ ਦੇ ਘਟਨਾਕ੍ਰਮ ਦੇ ਪਿੱਛੇ ਕੀ ਹੈ, ਕਿਵੇਂ ਵਾਪਰ ਰਹੇ ਨੇ, ਅਤੇ ਇਹਨਾਂ ਦੇ ਉੱਪਰ ਹੀ ਵਿਚਾਰ ਜਿਹੜੇ ਨੇ ਉਹ ਆਪਣੇ ਰੱਖਣਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਆਪ ਜੀ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਅਸੀਂ ਵੇਖ ਰਹੇ ਹਾਂ ਕਿ ਦਿੱਲੀ ਦੇ ਵਿੱਚ ਵੀ ਅਲਾਇੰਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਹ ਬੀਜੇਪੀ ਨਾਲੋਂ ਟੁੱਟ ਗਿਆ ਹੈ, ਅਤੇ ਪਹਿਲਾਂ ਹਰਿਆਣਾ ਤੋਂ ਸ਼ੁਰੂਆਤ ਹੋਈ ਹੈ ਅਤੇ ਫਿਰ ਦਿੱਲੀ ਵਿੱਚ ਆ ਕੇ ਅਲਾਇੰਸ ਟੁੱਟ ਜਾਂਦਾ ਹੈ, ਇਸ ਨੂੰ ਆਪ ਜੀ ਕਿਵੇਂ ਵੇਖਦੇ ਹੋ? ਦੇਖੋ, ਬਾਦਲਾਂ ਨੇ ਜਿਹੜਾ ਹਰਿਆਣਾ ਵਿੱਚ ਅਲਾਇੰਸ ਤੋੜਿਆ ਸੀ ਬੀਜੇਪੀ ਨਾਲ, ਉਹਦਾ ਕਾਰਨ ਇਹ ਸੀ ਕਿ ਚੌਧਰੀ ਦੇਵੀ ਲਾਲ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਬੜੇ ਪੁਰਾਣੇ ਸੰਬੰਧ ਹੈਗੇ, ਪਰਿਵਾਰਕ ਸੰਬੰਧ ਨੇ ਕਿਸਮ ਦੇ, ਔਰ ਉਹ ਉਹਨਾਂ ਨੇ ਹਮੇਸ਼ਾ ਹਰਿਆਣੇ ਦੇ ਵਿੱਚ ਚੌਧਰੀ ਦੇਵੀ ਲਾਲ ਨੂੰ ਤਰਜੀਹ ਦਿੱਤੀ ਸੀ, ਜਿਸ ਕਰਕੇ ਉਹਨਾਂ ਨੇ ਹਰਿਆਣੇ ਦੇ ਵਿੱਚ ਉਹਨਾਂ ਨੇ ਸੰਬੰਧ ਤੋੜਿਆ ਸੀ ਵੀ ਅਸੀਂ ਤਾਂ ਦੇਵੀ ਲਾਲ ਨਾਲ ਜਾਣਾ। ਪਰ ਇੱਥੇ ਕਿਸੇ ਅਗੇਂਸਟ ਗੱਲ ਸੀ ਵੀ ਤੁਸੀਂ ਹਰ ਜਗ੍ਹਾ ਦੇ ਉੱਤੇ ਬੀਜੇਪੀ ਨਾਲ ਚੋਣ ਸਮਝੌਤੇ ਕਰੋ ਅਤੇ ਬਾਕੀ ਜਗ੍ਹਾ ਤੁਸੀਂ ਫਿਰ ਕੁਝ ਨਹੀਂ ਹੈ ਜੀ, ਬਹਾਨੇ ਲਾ ਕੇ ਤੁਸੀਂ ਉਹਦੇ ਨਾਲ ਚਲੇ ਗਏ। ਇਹਨਾਂ ਨੇ ਬੀਜੇਪੀ ਨਾਲ ਗੱਲ ਤਾਂ ਕੀਤੀ ਸੀ ਪਰ ਗੱਲ ਇਹਨਾਂ ਨੇ ਸਿਰੇ ਨਹੀਂ ਲਾਈ ਅਤੇ ਬੀਜੇਪੀ ਨੇ ਕਹਿਤਾ ਤੁਸੀਂ ਜਾਓ ਲੜ ਲਓ, ਔਰ ਇਹਨਾਂ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਔਰ ਬੀਜੇਪੀ ਦੇ ਖਿਲਾਫ ਧੂੰਆਂ ਤਾਰ ਲੈਕਚਰ ਜਿਹੜੇ ਸੀ ਸੁਖਬੀਰ ਸਿੰਘ ਬਾਦਲ ਨੇ ਕੀਤੇ। ਇਹ ਜਿਹੜੇ ਉੱਚ ਪੱਧਰੀ ਵਰਕਰ ਸਨ, ਲੀਡਰ ਸਨ, ਉਹਨਾਂ ਦੇ ਘਰਾਂ 'ਚ ਗਏ ਵੀ ਅਸੀਂ ਬੀਜੇਪੀ ਨੂੰ ਹਰਾ ਚਰਾਉਣਾ ਹੈ, ਇਹਨਾਂ ਨੂੰ ਸਬਕ ਸਿਖਾਉਣਾ ਹੈ। ਦਿੱਲੀ ਦੇ ਵਿੱਚ ਵੀ ਦਿੱਲੀ ਦੀ ਬੀਜੇਪੀ ਨੂੰ ਹਰਿਆਣੇ ਦੇ ਇਸ ਸੰਬੰਧ ਟੁੱਟਣ ਦੀ ਅਫਸੋਸ ਸੀ, ਮਨ ਦੇ ਵਿੱਚ ਤਕਲੀਫ ਸੀ ਉਹਨਾਂ ਨੂੰ, ਔਰ ਇਹਨਾਂ ਦੀ ਗੱਲਬਾਤ ਤਾਂ ਚੱਲਦੀ ਰਹੀ। ਅੱਜ ਅਖਬਾਰ 'ਚ ਆਇਆ ਸਿਰਫ ਵੀ ਜਿਹੜੇ ਸੈਂਟਰਲ ਮਿਨਿਸਟਰ ਨੇ ਜਾਵੜੇਕਰ ਸਾਹਿਬ, ਉਹਨਾਂ ਨਾਲ ਇਹਨਾਂ ਦੀ ਮੁਲਾਕਾਤ ਹੋਈ, ਅੱਜ ਪੰਜਾਬੀ ਦੀ ਅਖਬਾਰ 'ਚ ਇਹਨਾਂ ਦਾ ਵਿਊ ਆਇਆ। ਮੈਂ ਸੁਣਦਾ ਮੈਂ ਜਾਵੜੇਕਰ ਸਾਹਿਬ ਨੂੰ ਐਮ ਪੀ ਮਿਲਣਾ ਚਾਹੁਣ ਮਿਲ ਸਕਦੇ ਹਨ, ਮਿਨਿਸਟਰ ਹੈਗੇ, ਕੋਈ ਨਾ ਨਹੀਂ ਕਰ ਸਕਦੇ, ਉੱਥੇ ਉਹਨਾਂ ਨੇ ਗੱਲ ਕੀਤੀ ਹੋਵੇ। ਪਰ ਮੇਰੀ ਜਿੱਥੋਂ ਤੱਕ ਸਮਝ ਹੈਗੀ, ਜਿੱਥੋਂ ਤੱਕ ਮੈਨੂੰ ਅਪਰੋਚ ਹੈਗੀ, ਬੀਜੇਪੀ ਨੇ ਇਹਨਾਂ ਨੂੰ ਅਲਾਇੰਸ ਵਾਸਤੇ ਬਿਲਕੁਲ ਨਹੀਂ ਬੁਲਾਇਆ। ਇਹ ਝੂਠ ਮਾਰ ਰਹੇ ਨੇ ਵੀ ਚੋਣ ਨਿਸ਼ਾਨ ਕਰਕੇ ਜਿਹੜਾ ਹੈਗਾ ਸੀ ਇਹ ਸਮਝੌਤਾ ਟੁੱਟਾ। ਇਹਨਾਂ ਦੇ ਆਪਣੇ ਬੰਦੇ ਹੀ ਤਕੜੀ ਦੇ ਉੱਤੇ ਚੋਣ ਲੜਨ ਵਾਸਤੇ ਬਿਲਕੁਲ ਤਿਆਰ ਨਹੀਂ ਸਨ, ਸਾਰੇ ਦੇ ਸਾਰੇ, ਭਾਵੇਂ ਦਿੱਲੀ ਕਮੇਟੀ ਦਾ ਪ੍ਰਧਾਨ ਸੀ, ਭਾਵੇਂ ਜਨਰਲ ਸਕੱਤਰ ਸੀ, ਇਹ ਇਹਨਾਂ ਦਾ ਇੱਕ ਬਹਾਨਾ ਸੀ। ਅਸਲ ਦੇ ਵਿੱਚ ਬੀਜੇਪੀ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਬਿਲਕੁਲ। ਪਰ ਗਜ਼ਬ ਦੀ ਗੱਲ ਇਹ ਹੈਗੀ ਕਿ 4 ਮਹੀਨੇ 3 ਮਹੀਨੇ ਪਹਿਲਾਂ ਜਿਹੜੀਆਂ ਹਰਿਆਣੇ ਦੀਆਂ ਚੋਣਾਂ ਹੋਈਆਂ ਹਨ, ਉਹਦੇ 'ਚ ਬਾਦਲ ਦਲ ਇਹਨਾਂ ਨਾਲ ਸੰਬੰਧ ਤੋੜ ਕੇ ਇਲੈਕਸ਼ਨਾਂ ਲੜ ਰਿਹਾ ਅਤੇ ਦਿੱਲੀ ਦੇ ਵਿੱਚ ਕਹਿ ਰਹੇ ਨੇ ਜੀ ਅਸੀਂ ਭਰਾ ਹੈਗੇ ਜੀ, ਕੋਈ ਗੱਲ ਨਹੀਂ ਜੀ, ਅਸੀਂ ਇਲੈਕਸ਼ਨ ਨਹੀਂ ਲੜਨੀ, ਵਿਟਾ ਕਰ ਰਹੇ ਹਾਂ। ਪਾਰਟੀ ਦੀ ਹਾਈ ਕਮਾਂਡ ਦਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਕਹਿ ਰਿਹਾ ਵੀ ਅਸੀਂ 10 ਬੰਦੇ ਚੋਣਾਂ ਲੜਾਵਾਂਗੇ, 8 ਲੜਾਵਾਂਗੇ, ਟੈਲੀਫੋਨਾਂ ਵੀ ਕਰਤੀਆਂ, ਇਲੈਕਸ਼ਨ ਕਮਿਸ਼ਨਰ ਨੂੰ ਚਿੱਠੀ ਵੀ ਭੇਜ ਦਿੱਤੀ ਵੀ ਸਾਡੇ ਇਸ ਤਰ੍ਹਾਂ ਸਟਾਰ ਪ੍ਰਚਾਰਕ ਹੋਣਗੇ, ਉਹਨਾਂ ਦੀਆਂ ਗੱਡੀਆਂ ਨੰਬਰ ਇਹ। ਪਰ ਜਿਹੜਾ ਦਿੱਲੀ ਕਮੇਟੀ ਹੈ ਔਰ ਦਿੱਲੀ ਅਕਾਲੀ ਦਲ ਹੈਗਾ, ਬਾਦਲਾਂ ਦਾ ਜਿਹੜਾ ਦਿੱਲੀ ਯੂਨਿਟ ਹੈਗਾ, ਇਹ ਹਿੰਮਤ ਨਹੀਂ ਕਰ ਸਕਦੇ ਬਾਦਲਾਂ ਦੇ ਅਗੇਂਸਟ, ਆਪਣਾ ਬੀਜੇਪੀ ਦੇ ਅਗੇਂਸਟ ਬੋਲਣ ਦੀ, ਉਹ ਸਰਕਾਰ ਦੇ ਅਗੇਂਸਟ, ਕਿਉਂਕਿ ਸਿਰ ਤੋਂ ਲੈ ਕੇ ਪੈਰ ਤੱਕ ਇਹ ਕਰਪਸ਼ਨ ਨਾਲ ਲਿਪਤ ਹੈਗੇ। ਜਿਨ੍ਹਾਂ ਸਾਧਨਾਂ ਰਾਹੀਂ ਇਹਨਾਂ ਨੇ ਇਹ ਮਾਇਆ ਇਹ ਇਕੱਠੀ ਕੀਤੀ ਹੈ, ਜਾਇਦਾਦਾਂ ਬਣਾਈਆਂ ਹਨ, ਉਹ ਸਾਰੇ ਇਲੀਗਲ ਮੀਨਸ ਹੈਗੇ, ਔਰ ਸਰਕਾਰ ਕੋਲ ਇਹ ਪਾਵਰ ਹੈਗੀ ਵੀ ਅਗਰ ਕੋਈ ਸਮਗਲਰ, ਕੋਈ ਡਰੱਗ ਵੇਚਣ ਵਾਲਾ ਕੋਈ ਸਬੂਤ ਨਾ ਕਰ ਸਕੇ ਜਾਂ ਉਹਨਾਂ ਨੂੰ ਪਤਾ ਲੱਗੇ ਤਾਂ ਉਹ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਹੈਗੀਆਂ ਸੁਗਲ ਫੀਲ ਜ਼ਬਤ ਕਰ ਲੈਂਦੀਆਂ ਹਨ, ਫੋਰਫਿਟ ਕਰ ਲੈਂਦੀਆਂ ਹਨ। ਹੁਣ ਲੱਗੇ ਰਹੋ ਸਾਲੋ ਸਾਲ ਉਹ ਜਗਤ ਤੇਰੀ ਹੈ ਕਿ ਨਹੀਂ ਹੈ, ਉਹ ਮਾਇਆ ਕਿੱਥੋਂ ਆਈ, ਪੈਸੇ ਕਿੱਥੋਂ ਆਈ, ਫਿਰ ਸਰਕਾਰ ਕਹੇ ਤਾਂ ਮਾਰਕੀਟ ਵੈਲਿਊ
ਔਰ ਦਾ ਨਾਂ ਕੀ ਹੈ ਜਿਹੜੀ ਜਿਸ ਪਾਸ ਰਜਿਸਟਰੀ ਉਹਦੇ ਵਿੱਚ ਬੜਾ ਫਰਕ ਹੈ। ਸਰਕਾਰ ਕਿ ਅੱਛਾ ਚਲੋ ਠੀਕ ਹੈ ਜੀ ਅਸੀਂ ਤਾਂ ਹੁਣ ਕਾਇਰ ਕਰ ਲਈ ਤੂੰ ਜਿਸ ਪਾਸ ਰਜਿਸਟਰੀ ਕਰਾਈ ਉਹ ਲੈ ਲੈ ਤਾਂ ਵੀ ਮਰ ਗਏ। ਇਹਨਾਂ ਗੱਲਾਂ ਨੂੰ ਵੇਖਦਿਆਂ ਹੋਇਆਂ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਚੋਣ ਨਹੀਂ ਲੜਾਂਗੇ। ਪੋਲੀਟੀਕਲੀ ਮੈਂ ਸਮਝਾਂ ਕਿ ਇਤਿਹਾਸ ਦੇ ਵਿੱਚ ਪਹਿਲੀ ਗੱਲ ਹੈ ਕਿ ਦੋ ਪੋਲੀਟੀਕਲ ਪਾਰਟੀਜ਼ ਆਪਸ ਵਿੱਚ ਅਲਾਇੰਸ ਹੁੰਦਾ ਹੈ ਟੁੱਟਦਾ ਹੈ, ਉਹ ਆਪਣੀਆਂ ਚੋਣਾਂ ਲੜਦੇ ਨੇ ਆਪਣੀਆਂ ਚੋਣਾਂ ਲੜਦੇ ਨੇ। ਔਰ ਇੱਥੇ ਤਾਂ ਕਈ ਹਲਕੇ ਐਸੇ ਹੈਗੇ ਜਿੱਥੇ 25-40% ਤੱਕ ਸਿੱਖ ਵੋਟਰ ਹੈਗਾ ਅਤੇ ਉੱਥੇ ਵੀ ਮਤ ਨਹੀਂ ਕਰ ਸਕੇ ਵੀ ਚਲੋ ਆਪਣੇ ਵਿਰੋਧੀਆਂ ਨੂੰ ਰਾਹ ਹੀ ਦਿੰਦੇ। ਇਹਦਾ ਕਾਰਨ ਗੁਰੂ ਨਾਨਕ ਦੀ ਮਾਰ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿੱਧ ਵੀ ਇਹਨਾਂ ਨੇ ਬਰਗਾੜੀ ਕੀਤੀ ਬੇਦੋਸ਼ੇ ਸਿੱਖਾਂ ਨੂੰ ਮਾਰਿਆ, ਫਿਰ ਨਨਕਾਣਾ ਸਾਹਿਬ ਦੇ ਨਗਰ ਕੀਰਤਨ ਦੇ ਵਿੱਚ ਇਹਨਾਂ ਨੇ ਰੁਕਾਵਟਾਂ ਪਾਈਆਂ। ਔਰ ਮੈਂ ਨਗਰ ਕੀਰਤਨ ਜਦ ਗੁਰਦੁਆਰਾ ਨਾਨਕ ਪਿਆਰ ਸਾਹਿਬ ਤੋਂ ਨਿਕਲ ਰਿਹਾ ਸੀ ਮੈਨੂੰ ਕਿਹਾ ਸੀ ਬਹੁਤ ਹੋ ਗਈ ਲਫਜ਼ ਮੈਂ ਉਸ ਕੋਲ ਥੋੜ੍ਹੇ ਸਖਤ ਵਰਤੇ ਸਨ ਇਹਦੇ ਵਾਸਤੇ ਅਤੇ ਮੈਨੂੰ ਕਿਹਾ ਸੀ ਬਈ ਹੁਣ ਬੱਸ ਕਰ ਜਾ ਨਹੀਂ ਤਾਂ ਬਸ ਦਾ ਕੀ ਹਾਲ ਹੋਏਗਾ ਤੇਰਾ ਗੁਰੂ ਮਹਾਰਾਜ ਜਾਣਦਾ। ਉਹ ਗੁਰੂ ਮਹਾਰਾਜ ਦਾ ਆਸ਼ਰ ਕਰਕੇ ਰੱਖ ਦਿੱਤਾ। ਅੱਛਾ ਭਾਈ ਸਾਹਿਬ ਜੀ ਕੀ ਜਿਹੜਾ BJP ਹੈ ਅਤੇ ਨਾਲੇ ਜਿਹੜਾ ਆਪਾਂ ਵੇਖਦੇ ਹਾਂ ਕਿ ਅਕਾਲੀ ਦਲ ਦੇ ਨਾਲ ਇਸ ਸਮੇਂ ਹਰਿਆਣੇ ਦੇ ਵਿੱਚ ਵੀ ਇੱਥੇ ਵੀ ਅਸੀਂ ਵੇਖਦੇ ਹਾਂ ਕਿ ਭਿੜਨ ਦੇ ਉਸ ਵਿੱਚ ਮੂਡ ਵਿੱਚ ਲੱਗ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੇ ਅਕਾਲੀ BJP ਦੇ ਆਗੂ ਨੇ ਉਹ ਇਹ ਗੱਲ ਆਖਦੇ ਨੇ ਕਿ ਆਉਣ ਵਾਲੀਆਂ ਸਮੇਂ ਦੀਆਂ ਜੋ ਚੋਣਾਂ ਨੇ ਪੰਜਾਬ ਦੇ ਵਿੱਚ ਅਸੀਂ ਉਸ ਅਲਾਇੰਸ ਤੋਂ ਬਿਨਾਂ ਹੀ ਲੜਾਂਗੇ ਸਾਰੀਆਂ ਸੀਟਾਂ 'ਤੇ ਲੜਾਂਗੇ। ਅਤੇ ਦੂਜੇ ਪਾਸੇ ਜਿਹੜੇ ਦਿੱਲੀ ਦੇ ਵਿੱਚ BJP ਦੇ ਜਿਹੜੇ ਆਗੂ ਨੇ ਉਹ ਇਹ ਗੱਲ ਸ਼ਰਿਆਮ ਆਖ ਰਹੇ ਨੇ ਕਹਿ ਰਹੇ ਨੇ ਕਿ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਬਦਲ ਹੈ ਉਸਨੂੰ ਪੰਥਕ ਵੋਟ ਤੋਂ ਬਿਲਕੁਲ ਪੈਣੀ ਨਹੀਂ ਹੈ। ਇਸ ਗੱਲ ਤੋਂ ਉਹ ਜਿਹੜਾ ਨੇ ਉਹ ਸਹਿਮਤ ਇਸ ਗੱਲ ਕਿ ਪੰਥਕ ਵੋਟ ਉਸਨੂੰ ਨਹੀਂ ਪੈਣੀ ਅਤੇ ਦੂਜੇ ਪਾਸੇ ਮੁਸਲਮਾਨ ਵੋਟ ਵੀ ਜਿਹੜੀ ਉਹ ਨਹੀਂ ਪੈਣੀ ਅਤੇ ਇਸ ਵਜ੍ਹਾ ਦੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਤੋਂ ਅਲਾਇੰਸ ਜਿਹੜਾ ਉਹ ਤੋੜ ਰਹੇ ਹਾਂ ਕਿ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਗੱਲ ਹੈਗੀ ਜੀ ਕਿ ਅਲਾਇੰਸ ਜਿਹੜੀ BJP ਨੇ ਤੋੜਿਆ ਉਹਦਾ ਕਾਰਨ ਇਹ ਹੈਗਾ ਕਿ ਉਹਨਾਂ ਦੇ ਯੂਨਿਟ ਨੇ ਔਰ ਦਿੱਲੀ ਦੇ ਯੂਨਿਟ ਨੇ ਪੰਜਾਬ ਦੇ ਯੂਨਿਟ ਦਾ ਇੱਕ ਬੰਦਾ ਵੀ ਇਹਨਾਂ ਨਾਲ ਨਹੀਂ ਹੈ। ਦਿੱਲੀ ਯੂਨਿਟ ਵਿੱਚ ਵੀ ਮੇਰੀ 10 ਬੰਦਿਆਂ ਨਾਲ ਗੱਲ ਹੋਈ ਹੈ ਜਿਹੜੇ ਚਲੋ ਉਸ ਕੋਟੀ ਨਹੀਂ ਅਤੇ ਮਧਿਅਮ ਕਲਾਸ ਨੇ ਜਾਂ ਪਹਿਲੇ ਦਿੱਲੀ ਪ੍ਰਦੇਸ਼ ਉਹਨਾਂ ਦੀ ਔਕਾਤ ਬਹੁਤ ਅੱਛੀ ਸੀ ਉਹ ਸਾਰੇ ਇਹਨਾਂ ਦੇ ਉਲਟ ਸਨ। ਉਹ ਕਹਿੰਦੇ ਜੀ ਇਹਨਾਂ ਨੂੰ ਸਿੱਖ ਵੋਟ ਨਹੀਂ ਪਾਉਣਗੇ ਸਾਨੂੰ ਲੈ ਕੇ ਇੱਥੋਂ ਦੇਣਗੇ। ਉਹਨਾਂ ਦੇ ਮਨ 'ਚ ਗੱਲ ਧਾਰ ਗਈ ਸੀ ਵੀ ਸਿੱਖਾਂ ਨੇ ਬਾਦਲਾਂ ਨੂੰ ਵੋਟ ਨਹੀਂ ਪਾਉਣੀ। ਉਹਨਾਂ ਦੇ ਮਨ 'ਚ ਧਾਰ ਗਈ ਸੀ ਵੀ ਜੇ ਅਸੀਂ ਇਹਨਾਂ ਨੇ ਸਮਝੌਤਾ ਕੀਤਾ ਅਤੇ ਜਿਹੜਾ ਮਨਾਰਟੀ ਵੋਟ ਹੈਗਾ ਅੱਗੇ ਮੁਸਲਮਾਨ ਹੀ ਸਾਡੇ ਕੋਲ ਨਾਰਾਜ਼ ਹੈ ਅਤੇ ਸਿੱਖ ਵੀ ਸਾਡੇ ਕੋਲ ਨਾਰਾਜ਼ ਹੋ ਜਾਏਗਾ ਤਾਂ ਸਾਡੀ ਦਿੱਕਤ ਆਏਗੀ। ਇਸ ਦੇ ਵਰ ਕਰਕੇ ਉਹਨਾਂ ਨੇ ਬੜਾ ਅੱਛਾ ਫੈਸਲਾ ਲਿਆ। ਪਰ ਮੈਂ ਹੁਣ ਇਹ ਚਾਹਾਂਗਾ ਵੀ ਜੇ ਬਾਦਲਾਂ ਨੇ ਇਹਨਾਂ ਨੂੰ ਦਰਕਿਨਾਰ ਕਰ ਦਿੱਤਾ ਹੈ ਔਰ ਉਹ ਜੇ ਸਿੱਖਾਂ ਦੀ ਵੋਟ ਚਾਹੁੰਦੇ ਨੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦੇਣ ਔਰ ਛੇਤੀ ਛੇਤੀ ਕਹਿਣ ਜੀ ਅਸੀਂ ਫਲਾਣੀ ਤਰੀਕ ਤੱਕ ਚੋਣਾਂ ਕਰਾਵਾਂਗੇ। ਫਿਰ ਇਹਦਾ ਅਸਰ ਦੇਖਣ ਕੀ ਹੁੰਦਾ ਹੈ? ਬਾਦਲ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚੋਂ ਨਿਫਤ ਨਬੂਦ ਹੋਏਗਾ। ਸਰਕਾਰ ਨੂੰ ਤਾਂ ਪਤਾ ਹੈ ਵੀ ਅੱਗੇ ਬਾਦਲ ਦਲ ਸਾਰਾ ਜ਼ੋਰ ਲਾਉਂਦਾ ਰਿਹਾ ਵੀ ਚੋਣਾਂ ਨਾ ਆਉਣ। ਹੁਣ ਵੀ ਉਹ ਜ਼ੋਰ ਲਾਏਗਾ ਨਹੀਂ ਅਸੀਂ ਤੁਹਾਡੀ ਹਿਮਾਇਤ ਕਰਾਂਗੇ ਭਰਾਵਾਂ ਕੋਈ ਗੱਲ ਨਹੀਂ ਤੁਸੀਂ ਸਾਨੂੰ ਨਾਲ ਕੀਤਾ ਪਰ ਅਸੀਂ ਤੁਹਾਡੀ ਮਦਦ ਕਰਾਂਗੇ। ਕੀ ਕਰੋਗੇ ਮਦਦ? ਬਾਣੀ ਦੀ ਤੁੱਕ ਹੈਗੀ ਜੇ ਜੀਵੇ ਪੱਤ ਲੱਥੀ ਜਾਏ ਸਭ ਆਰਾਮ ਜੇਤਾ ਖਿਚਕਾਏ। ਤੁਹਾਡੀ ਪੱਤ ਰਹੀ ਕੋਈ ਨਹੀਂ ਹੈਂਜੀ, ਤੁਹਾਡੀ ਜਿਉਂਦਿਆਂ ਜੀ ਪੱਤ ਲੱਥੀ ਗਈ ਖਤਮ ਹੋ ਗਈ ਫਿਰ ਵੀ ਤੁਸੀਂ ਬਗੈਰ ਤਾਂਕਣ ਕਹਿੰਦੇ ਪਿਓ ਜੀ ਅੱਛਾ ਜੀ ਅਸੀਂ ਇਹਨਾਂ ਨਾਲ ਸਮਝੌਤਾ ਕਰਾਂਗੇ ਇਹਨਾਂ ਨੂੰ ਸਪੋਰਟ ਕਰਾਂਗੇ। ਪੈਸੇ 4 ਸੀਟਾਂ ਤੋਂ 0 'ਤੇ ਆ ਗਏ ਨੇ ਅਤੇ ਪੋਲੀਟੀਕਲ ਡਾਊਨਫਾਲ ਨੂੰ ਆਪ ਜੀ ਕਿਵੇਂ ਵੇਖਦੇ ਹੋ? ਦੇਖੋ ਮੇਰੀ ਜਾਤੀ ਖਾਸ ਤਾਂ ਇਹ ਸੀ ਕਿ ਚੋਣਾਂ ਲੜਨ ਨਾਲ ਭਾਵੇਂ BJP ਦੇ ਸਿੰਬਲ ਤੋਂ ਲੜਨ ਨਾਲ ਅਤੇ ਭਾਵੇਂ ਆਪਣੇ ਸਿੰਬਲ ਤੋਂ ਲੜਨ ਨਾਲ ਫਿਰ ਸਵਾਦ ਆਉਣਾ ਸੀ ਫਿਰ ਉਹਨਾਂ ਨੂੰ ਇਹਨਾਂ ਦੀ ਔਕਾਤ ਦੱਸਣੀ ਸੀ। ਮੈਨੂੰ ਕੱਲ੍ਹ ਕਹਿਣਗੇ ਕੋਈ ਬੰਦੇ ਮਿਲੇ ਕਹਿਣਗੇ ਜੀ ਉਹ ਬੜਾ ਵੱਡਾ ਬਦਮਾਸ਼ ਹੈਗਾ ਜੇ ਬੜਾ ਸ਼ਾਤਰ ਬਦਮਾਸ਼ ਹੈ। ਮੈਂ ਕਿਹਾ ਤੁਹਾਡੇ ਵਾਸਤੇ ਹੋਏਗਾ ਬਦਮਾਸ਼ੀ ਨਾਲ ਇਸਨੇ ਮਾਇਆ ਕੂਦ ਇਕੱਠੀ ਕੀਤੀ ਹੈ ਦੌਲਤ ਠੀਕ ਬਣਾਈ ਹੈ ਜ਼ਮੀਨਾਂ ਬੜੀਆਂ ਬਣਾਈਆਂ ਨੂੰ ਬਾਦਲਾਂ ਦੀ ਡਰੱਗ ਮਨੀ ਇੱਥੇ ਵੇਚ ਕੇ ਪੈਸੇ ਬੜੇ ਬਣਾਏ ਨੇ। ਅੱਜ ਮੈਨੂੰ ਇੱਕ ਬਾਦਲ ਦਲ ਦਾ ਸੀਨੀਅਰ ਬੰਦਾ ਜਿਹੜਾ ਕਿ ਮੋਸਟ ਟਰੱਸਟ ਫਰਦੀ ਹੈਗਾ ਇਹ ਬਾਦਲਾਂ ਦਾ ਉਹ ਕਹਿੰਦਾ ਜੀ ਪਤਾ ਨਹੀਂ ਸੁਖਬੀਰ ਦਾ ਕੀ ਹੋ ਗਿਆ ਇਹ ਦੋਵੇਂ ਮੀਆਂ ਬੀਬੀ ਦੇ ਬਗੈਰ ਚੱਲਦੇ ਨਹੀਂ ਹੈਗੇ।
ਉੱਥੇ ਇੱਕ ਬੰਦਾ ਤਾਂ ਤਾਂ ਕਹਿ ਰਿਹਾ ਸੀ ਕਿ ਹਰਸਿਮਰਤ ਕੌਰ ਜਿਹੜੀ ਆਪਣੀ ਮਿਨਿਸਟਰੀ ਦੇ ਵਿੱਚ ਇਹ ਸਿਮਰਤ ਕੌਰ ਥੋੜ੍ਹੀ ਚਲਾ ਰਹੀ ਹੈ, ਇਹ ਤਾਂ ਇਹ ਚਲਾ ਰਿਹਾ ਹੈ, ਉੱਥੇ ਜਾ ਕੇ ਡਿਕਟੇਸ਼ਨ ਦਿੰਦਾ। ਇਹ ਕੀ ਕਮਜ਼ੋਰੀ ਹੈ ਸੁਖਬੀਰ ਬਾਦਲ ਦੀ ਅਤੇ ਹਰਸਿਮਰਤ ਬਾਦਲ ਦੀ ਇਹਦੇ ਕੋਲ, ਇਹ ਉਹੀ ਦੱਸ ਸਕਦੇ ਹਨ ਜਾਂ ਇਹਨੇ ਕਿਹੜੀ ਉਹਨਾਂ ਦੀ ਨਬਜ਼ ਫੱਕੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਇਹ ਵੀ ਚਰਚਾ ਹੈਗੀ ਹੈ ਕਿ ਜੇ ਇਹ ਅਕਾਲੀ ਦਲ ਕਹਿ ਰਿਹਾ, ਅਕਾਲੀ ਦਲ ਬਾਦਲ ਇਹ ਕਹਿ ਰਿਹਾ ਕਿ ਅਸੀਂ ਵਿਚਾਰਧਾਰਕ ਜਿਹੜੇ ਸਾਡੇ ਵਿਚਾਰਧਾਰਾ ਉਹ ਨਹੀਂ ਮਿਲ ਰਹੀ, ਮੇਲ ਖਾ ਰਹੀ, ਉਹ NRC ਦੇ ਕਰਕੇ ਜਾਂ CA ਦੇ ਕਰਕੇ ਇਹਦੇ ਕਰਕੇ, ਅਤੇ ਇਸ ਕਰਕੇ ਅਸੀਂ ਜਿਹੜਾ ਹੈ ਅਲਾਇੰਸ ਤੋੜਿਆ। ਪਰ ਉਹਨਾਂ ਦੀ ਹੀ ਜਿਹੜੀ ਹਰਸਿਮਰਤ ਕੌਰ ਬਾਦਲ ਹੈ ਉਹ ਸੈਂਟਰ ਦੇ ਵਿੱਚ ਮਿਨਿਸਟਰੀ ਮੰਨ ਰਹੀ ਹੈ, ਉਸ ਤੋਂ ਅਸਤੀਫਾ ਕਿਵੇਂ ਦੇਣਾ ਚਾਹੀਦਾ? ਗੱਲ ਹੈਗੀ, ਮੇਰੇ ਕੋਲ ਫੋਟੋ ਮੇਰੇ ਵਟਸਐਪ 'ਚ ਪਈ ਹੋਈ ਹੈ ਜਿਹਦੇ ਵਿੱਚ ਬਾਦਲ ਦਲ ਦਾ ਪ੍ਰਧਾਨ ਅਤੇ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਕਾਲਕਾ ਜੀ ਵਿੱਚ ਬੜਾ ਭਾਰੀ ਮੁਜ਼ਾਹਰਾ ਕਰ ਰਿਹਾ, ਵੀ ਸਪੋਰਟਸ CA ਹੈ। ਮੈਂ ਨਹੀਂ ਪੱਚਾ ਪਿੱਛੇ ਕਿਤੇ ਸੀ, ਪਰ ਅਗਲੀਆਂ ਫੋਟੋਆਂ 'ਚ 50-60 ਬੰਦਾ ਨਜ਼ਰ ਸੀ, ਪਿੱਛੇ 200 ਸੀ, 100 ਸੀ, ਮੈਨੂੰ ਨਹੀਂ ਪਤਾ। ਜਿਹੜਾ ਪ੍ਰਧਾਨ ਸ਼ਰੇਆਮ ਜਲੂਸ ਕੱਢਦਾ ਪਿਆ ਬਈ ਹੱਕ ਵਿੱਚ ਵੀ ਅਸੀਂ CA ਦੀ ਸਪੋਰਟ ਕਰਦੇ ਹਾਂ, ਉਹ ਕਿਉਂ ਭਰਨਾ ਲਾ ਰਹੇ ਹਨ ਵੀ ਅਸੀਂ CA ਦੀ ਮੁਖਾਲਫਤ ਕੀਤੀ ਤਾਂ ਸਾਨੂੰ ਟਿਕਟਾਂ ਨਹੀਂ ਦਿੱਤੀਆਂ? ਇਸ ਤੋਂ ਵੱਡਾ ਕੁਫਰ ਕੋਈ ਤੋਲਿਆ ਜਾ ਸਕਦਾ? ਉਲਕੋ ਦੱਸ ਬਾਈ, ਤੂੰ ਨਹੀਂ ਕੱਢਿਆ ਜਲੂਸ? ਮੈਂ ਫੋਟੋ ਉੱਥੇ ਸਰਕਾਰ ਕੋਲ ਫੋਟੋ ਨਹੀਂ ਹੋਏਗੀ? ਵੀ ਸਿੱਖ ਸਾਡੀ ਹਮਾਇਤ ਕਰਦੇ ਪਏ ਜ਼ਰੂਰ ਹੋਏਗੀ, ਜੇ ਨਹੀਂ ਹੈ ਉਹਨਾਂ ਦੋਨਾਂ ਕੋਲ ਮੇਰਾ ਟਾਈਮ ਜ਼ਰੂਰ ਲੱਗੇਗਾ, ਮੈਂ ਕੱਢ ਦਿਆਂਗਾ। ਇੱਕ ਸਪੇਸ 'ਚ ਤਾਂ ਮੈਨੂੰ ਤਾਂ ਨਹੀਂ ਸਮਝ ਆ ਰਹੀ, ਝੂਠ ਬੋਲਣ ਲੱਗਿਆ ਬੰਦਾ, ਕਹਿੰਦਾ ਯਾਰ ਮੈਂ ਅੱਗੇ ਗੱਲ ਕਰ ਬੈਠਾ ਹੁਣ ਨਾ ਕਰਾਂ, ਇਹ ਬੇਸ਼ਰਮੀ ਤਾਂ ਇਹਨਾਂ ਵਾਸਤੇ ਆਣ ਜਾਣ ਹੈ, ਬਿਲਕੁਲ ਆਣ ਜਾਣ ਹੈ, ਇਤਨਾ ਕੁਫਰ ਝੂਠ ਬੋਲ ਰਹੇ, ਪੁੱਛੋ ਨਹੀਂ। ਕਿਉਂ ਜੀ, ਫਿਰ ਤੁਸੀਂ ਕਹਿ ਦਿਓ ਬਈ ਅਸੀਂ ਆਪਣੇ ਮਿਸਿਜ ਦੀ ਸੁਖਬੀਰ ਸਿੰਘ ਬਾਦਲ ਮਿਨਿਸਟਰੀ ਬਚਾਉਣ ਦੇ ਲਈ ਅਸੀਂ ਇਹਨਾਂ ਦੇ ਹੱਕ 'ਚ ਵੋਟ ਪਾਈ ਹੈ, ਅਸੀਂ ਇਹਨਾਂ ਦੇ ਖਿਲਾਫ਼ ਹਾਂ, ਕਹਿ ਦੇ ਕੀ ਹੈਗਾ, ਕੀ ਅਰਜ਼ ਹੈ? ਪੰਜਾਬ ਵਿੱਚ ਅਸੀਂ ਪੰਜਾਬ ਅਸੈਂਬਲੀ ਦੇ ਰੈਜ਼ੋਲਿਊਸ਼ਨ ਪਾਸ ਕੀਤਾ ਉਹਦੇ ਹੱਕ ਵਿੱਚ ਹਾਂ, ਪਰ ਅਸੀਂ ਇਸ ਵਾਸਤੇ ਵਿਰੋਧ ਪਾਈ ਹੈ ਕਿ ਸਾਡੀ ਮਿਨਿਸਟਰੀ ਜਾਂਦੀ ਸੀ, ਅਸੀਂ ਮਰੇ ਪਏ ਹਾਂ, ਬਗੈਰ ਮਿਨਿਸਟਰੀ ਦੇ ਅਸੀਂ ਨਹੀਂ ਜੀ ਸਕਦੇ, ਸਾਡੇ ਵਾਸਤੇ ਸਾਹ ਲੈਣਾ ਔਖਾ ਹੈ, ਸਾਡੀਆਂ ਚੜਾਵਤਾਂ ਕੌਣ ਪੂਰੀਆਂ ਕਰੇਗਾ, ਕੀ ਅਰਜ਼ ਹੈਗਾ? ਸੱਚ ਬੋਲੋ, ਗੁਰੂ ਨਾਨਕ ਦੇ ਸਿੱਖ ਹੋ, ਹੈਂ, ਜੇ ਸਿੱਖੀ ਤਾਂ ਸਿਖਾਉਂਦੀ ਸੱਚ, ਸੱਚ ਬੋਲਣਾ। ਤੁਸੀਂ ਪੈਸੇ ਆਉਣਾ ਸੀ, ਆਉਂਦੇ ਹਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਵੀ। ਆਮ ਆਦਮੀ ਪਾਰਟੀ ਦੇ ਵਿੱਚ ਆਪਾਂ ਵੇਖਦੇ ਹਾਂ ਪਹਿਲਾਂ 4 MLA ਸਨ ਸਿੱਖ ਕੈਂਡੀਡੇਟ ਜਿਹੜੇ ਸਨ, ਪਰ ਉਹ ਹੁਣ 2 'ਤੇ ਆ ਗਏ ਨੇ, ਅਤੇ ਇਸ ਤੋਂ ਆਪ ਜੀ ਕਿਵੇਂ ਵੇਖਦੇ ਹੋ? ਦੇਖੋ, ਗੱਲ ਹੈਗੀ ਕਿ ਬਾਦਲਾਂ ਕਰਕੇ ਇਹ ਪੋਲੀਟੀਕਲ ਪਾਰਟੀ ਜਿਹੜੀਆਂ ਹੈਗੀਆਂ ਉਹਨਾਂ ਨੇ ਇਸ ਇਲੈਕਸ਼ਨ ਵਿੱਚ ਸਿੱਖਾਂ ਨੂੰ ਇਗਨੋਰ ਹੀ ਕੀਤਾ ਹੈ, ਔਰ ਉਹਦੇ ਵਿੱਚ ਕੇਜਰੀਵਾਲ ਵੀ ਬਰਾਬਰ ਦਾ ਭਾਗੀਦਾਰ ਹੈ। ਔਰ ਜੇ ਜਗਦੀਪ ਨੂੰ ਟਿਕਟ ਨਹੀਂ ਦਿੱਤੀ, ਕਾਲਕੇ ਨੂੰ ਟਿਕਟ ਨਹੀਂ ਦਿੱਤੀ, ਹੋਰ ਬਥੇਰੀ ਜਗ੍ਹਾ ਹੈਗਾ। ਤੁਸੀਂ ਕਹਿੰਦੇ ਹੋ ਕਿ ਮੇਰੇ ਨਾਂ 'ਤੇ ਵੋਟਾਂ ਪੈਣੀਆਂ ਨੈਕਟ, ਬਿਲਕੁਲ ਠੀਕ ਕਹਿ ਰਹੇ ਹੋ। ਜੋ ਖਬਰ ਹੈਗੀ ਉਹ ਕੈਂਡੀਡੇਟ ਨਹੀਂ ਦੇਖ ਰਹੇ, ਕੈਂਡੀਡੇਟ 10% 15% ਹੈ, ਬਾਕੀ ਕੇਜਰੀਵਾਲ 'ਤੇ ਵੈ, ਤੁਸੀਂ ਜਿਹਨੂੰ ਮਰਜ਼ੀ ਲੜਾ ਦਿੰਦੇ। ਕਹਿੰਦੇ ਜੀ ਮੈਂ ਸਿੱਖਾਂ ਨੂੰ ਉਹਦੇ ਦਿੰਦੇ। ਮੇਰੇ ਕੋਲ ਪਿਛਲੇ ਹਫ਼ਤੇ 2 ਦਿਨ ਪਹਿਲਾਂ ਸਾਹ ਜਰਨੈਲ ਸਿੰਘ ਤਿਲਕ ਨਗਰੇ ਵਾਲੇ ਆਏ ਨੇ, ਅਤੇ ਮੈਂ ਉਹਨਾਂ ਨੇ ਕਿਹਾ, ਮੈਂ ਕਿਹਾ ਬਾਕੀ ਤਾਂ ਠੀਕ ਪਰ ਤੁਸੀਂ ਗਲਤੀ ਕਰ ਗਏ, ਸਿੱਖਾਂ ਦੀ ਨੁਮਾਇੰਦਗੀ ਬੜੀ ਘੱਟ ਗਈ ਹੈ। ਉਹ ਕਹਿੰਦਾ ਮੈਂ ਕੀ ਕਰ ਸਕਦਾ? ਮੈਂ ਕਿਹਾ ਉਹ ਤਾਂ ਮੈਂ ਮੰਨਦਾ ਵਾਂ, ਤੁਸੀਂ ਕੀ ਕਰ ਸਕਦੇ ਹੋ, ਪਰ ਗੱਲ ਕਰਨੀ ਚਾਹੀਦੀ ਸੀ। ਇਸ ਵਾਸਤੇ ਮੈਂ ਸਮਝਦਾ ਕਿ ਬਾਦਲਾਂ ਦੀ ਜੋ ਪੋਲੀਟਿਕਸ ਹੋਈ ਹੈ ਉਹਦੇ ਖਾਲੀ BJP ਨਹੀਂ, ਆਮ ਵਾਲੇ ਵੀ ਨਾਲ ਦੋਸ਼ੀ ਹੈਗੇ। ਜਾਂ ਸਿੱਖਾਂ ਦੇ ਵਿੱਚ ਕਾਫ਼ੀ ਰੋਸ ਹੈ ਕਿ ਆਮ ਆਦਮੀ ਪਾਰਟੀ ਦੇ ਵੀ ਜਿਹੜੇ 4 ਸਿੱਖ ਕੈਂਡੀਡੇਟ ਸੀ ਉਹਨਾਂ ਨੂੰ ਵੀ ਕੈਬਨਿਟ ਦੇ ਵਿੱਚ ਜਗ੍ਹਾ ਨਹੀਂ ਸੀ ਦਿੱਤੀ, ਇਸ ਬਾਰੇ? ਦੇਖੋ, ਜਦ ਦਿੱਲੀ ਅਸੈਂਬਲੀ ਬਣੀ ਹੈ ਇਹ ਪਹਿਲੀ ਵਾਰ ਹੈ ਕਿ ਸਿੱਖ ਵਜ਼ੀਰ ਨਹੀਂ ਸੀ, ਭਾਵੇਂ BJP ਸੀ ਅਤੇ ਭਾਵੇਂ ਕਾਂਗਰਸ ਸੀ, ਮਨਾਰਟੀ ਦੀ ਨੁਮਾਇੰਦਗੀ ਜਿਹੜੀ ਸੀ ਉਹ ਬਰਾਬਰ ਦੀ ਹੁੰਦੀ ਰਹੀ ਹੈ ਦਿੱਲੀ ਅਸੈਂਬਲੀ ਦੇ ਵਿੱਚ, ਔਰ ਇਸ ਵਾਰ ਨਹੀਂ ਹੋਈ। ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦੀ ਹਵਾ ਹੈਗੀ ਸ਼ਾਇਦ ਕੇਜਰੀਵਾਲ ਜਿੱਤੇਗਾ, ਅਸੀਂ ਕਾਂਗਰਸ ਐਕਟ ਜ਼ਰੂਰ ਬਣਾਵਾਂ। ਜਰਨੈਲ ਸਿੰਘ ਐਕਸਪੀਰੀਅੰਸ ਹੈ,
ਜੇ ਪ੍ਰਹਲਾਦ ਸਿੰਘ ਸਾਹਨੀ ਜਿੱਦਾਂ ਤਾਂ ਉਹ ਤਾਂ ਕੱਦਾ ਐੱਮ ਐੱਲ ਏ ਬਣਦਾ ਰਿਹਾ, 97 ਦਾ ਬਣਦਾ ਰਿਹਾ, ਇੱਕ ਟਰਮ ਪਿਛਲੀ ਨਹੀਂ ਆ ਰਹੀ, ਤੁਹਾਡੀ ਕੈਂਡੀਡੇਟ ਤੋਂ ਹਾਰ ਗਿਆ ਸੀ, ਬਾਕੀ ਤਾਂ ਬਹੁਤ ਐਕਸਪੀਰੀਅੰਸ ਰੱਖਦਾ, ਉਹਨੂੰ ਬਣਾਓ। ਪਰ ਇਹ ਤਾਂ ਇਹਨਾਂ ਦਾ ਫੈਸਲਾ ਹੈਗਾ, ਪਰ ਜੇ ਇਹਨਾਂ ਨੇ ਇੱਕ ਤਾਂ ਫਿਰ ਸਿੱਖਾਂ ਨੂੰ ਕੋਈ ਵਿਚਾਰ ਨਾ ਦਿੱਤੀ ਤਾਂ ਮੈਂ ਸਮਝਦਾ ਵੀ ਅਸੀਂ ਵੀ ਸੋਚਾਂਗੇ ਸਪੋਰਟ ਅੱਗੋਂ ਤੋਂ ਕਰਨੀ ਹੈ ਕਿ ਨਹੀਂ ਕਰਨੀ। ਅੱਛਾ, ਇਸ ਵਾਰ ਸਰਨਾ ਸਾਹਿਬ ਜੀ ਕਿਸ ਪਾਰਟੀ ਨੂੰ ਸਪੋਰਟ ਕਰਨਗੇ? ਦੇਖੋ ਜੀ, ਗੱਲ ਹੈਗੀ, ਇੰਡੀਵਿਜੁਅਲ ਜਿਹੜੇ ਆਉਣਗੇ ਸਾਡੇ ਕੋਲ ਅਸੀਂ ਜ਼ਰੂਰ ਸਪੋਰਟ ਦੇਵਾਂਗੇ। ਅਗਰ ਕੋਈ ਪਾਰਟੀ ਸਾਡੇ ਕੋਲ ਨਹੀਂ ਆਈ, ਭਾਵੇਂ ਕਾਂਗਰਸ ਹੈ, ਭਾਵੇਂ ਆਪ ਹੈ ਅਤੇ ਭਾਵੇਂ ਬੀਜੇਪੀ ਹੈ, ਫਿਰ ਅਸੀਂ ਉਹ ਘਰ ਬੈਠਣ, ਅਸੀਂ ਆਪਣੇ ਘਰ ਬੈਠੇ ਹਾਂ, ਅਸੀਂ ਬਾਦਲਾਂ ਘਰ ਬਗੈਰਤ ਹੈ ਨਹੀਂ, ਉੱਠਣਾ ਕੁੱਦਣ ਬੋਰੇ ਕੁੱਦਣ, ਆਪਣੀ ਖਾਲੀ ਆਪਣੀ ਗੈਰਤ ਨਹੀਂ, ਸਿੱਖ ਕੌਮ ਦੀ, ਸਿੱਖ ਮਰਿਆਦਾ ਦੀ, ਪਰੰਪਰਾਵਾਂ ਦੀ, ਆਨਰ ਦੇ ਲਈ, ਗੈਰਤ ਦੇ ਲਈ ਅਸੀਂ ਕਿਸੇ ਨੂੰ ਹੀ ਕਹਾਂਗੇ ਅੱਛਾ ਜੀ ਕੀ ਹੈ ਜੀ ਜਾਓ, ਸਾਡਾ ਕੀ ਥੋੜ੍ਹਾ ਹੋਇਆ, ਕੇਜਰੀਵਾਲ ਰਾਜ ਕਰ ਗਿਆ, ਕਾਂਗਰਸ ਰਾਜ ਕਰ ਗਈ, ਖੁਰਾਣੇ ਦਾ ਰਾਜ ਵੇਖਿਆ ਸੀ, ਸਾਨੂੰ ਦੱਸਣ ਕੋਈ ਪੈਸੇ ਧੇਲੇ ਦੀ ਇਹਨਾਂ ਕੋਲ ਕੰਮ ਆਖਿਆ ਹੋਇਆ, ਸਿਵਾਏ ਗੁਰਦੁਆਰਿਆਂ ਦੇ ਕੰਮ ਜ਼ਰੂਰ ਕਹੇ, ਸਾਡੇ ਗੁਰਦੁਆਰਿਆਂ ਦੇ ਕੰਮ ਬੀਜੇਪੀ ਨੇ ਵੀ ਰੱਜ ਕੇ ਕੀਤੇ ਨੇ, ਕਾਂਗਰਸ ਨੇ ਵੀ ਰੱਜ ਕੇ ਕੀਤੇ ਨੇ। ਜੇ ਨਹੀਂ ਹੋਏ, ਅੱਜ ਦਿੱਲੀ ਕਮੇਟੀ ਦੇ ਕਾਲਜਾਂ ਦਾ ਬੁਰਾ ਹਾਲ ਹੈ, ਸਕੂਲਾਂ ਦਾ ਬੁਰਾ ਹਾਲ ਹੈ, ਔਰ ਕਿਸੇ ਵਕਤ ਵੀ ਕਾਲਜ ਟੇਕ ਓਵਰ ਕੀਤੇ ਜਾ ਸਕਦੇ ਨੇ। 37 ਕਰੋੜ ਰੁਪਇਆ ਦਿੱਲੀ ਕਮੇਟੀ ਨੂੰ ਦੇਣਾ 7 ਸਾਲਾਂ ਦਾ, ਕਿੱਥੋਂ ਦੇਣਗੇ? ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਇਹਦੇ ਗੁਰਦੁਆਰੇ ਦੀ ਜਗ੍ਹਾ ਵੇਚਣਾ ਵੀ ਤਿਆਰ ਹੋ ਗਏ ਸਨ, ਜਿਹੜੀ ਉੱਥੇ ਪਈ ਹੈ 20 ਏਕੜ ਦੇ ਵਿੱਚ, 280 ਏਕੜ, ਵੀ ਜਿਹੜਾ 50-100 ਕਰੋੜ ਮਿਲਦਾ ਲੈ ਗਿਆ ਅਤੇ ਹਿਸਾਬ ਤਰ੍ਹਾਂ ਬਰਬਰ ਗਈ ਹੈ। ਇਸ ਵਾਸਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਇਹ ਗੱਲਾਂ ਵੇਖ ਕੇ ਸਾਡਾ ਮਨ ਕਹਿੰਦਾ ਵੀ ਐਕਤੀ ਕਿਹਨੂੰ ਜਿਤਾਈਏ ਅਤੇ ਕਿਹਨੂੰ ਨਹੀਂ ਜਿਤਾਈਏ, ਨਾ ਜਿੱਤੇ ਪਰ ਸਪੋਰਟ ਐਸੇ ਕਰੀਏ ਕਿ ਇਹਨਾਂ ਦੇ ਚੰਗਲ 'ਚੋਂ ਗੁਰਦੁਆਰੇ ਨਿਕਲ ਸਕਣ, ਗੁਰਦੁਆਰਿਆਂ ਦੀ ਬਰਬਾਦੀ ਰੁਕ ਸਕੇ, ਸਕੂਲਾਂ ਕਾਲਜਾਂ ਦੀ ਬਰਬਾਦੀ ਰੁਕ ਸਕੇ। ਅੱਛਾ ਭਾਈ ਸਾਹਿਬ ਜੀ, ਇਸ ਵਾਰ ਆਪ ਜੀ ਕੀ ਸਿੱਖ ਕੌਮ ਨੂੰ ਸੁਝਾਅ ਦਿੰਦੇ ਹੋ ਕਿ ਉਹ ਕਿਸ ਪਾਰਟੀ ਵਾਲੇ ਪਾਸੇ ਜਾਣ? ਇੱਕ ਤਾਂ ਆਪਣਾ ਪਰਸਨਲ ਵਿਊ ਆ, ਇੱਕ ਕਮਿਊਨਿਟੀ ਨੂੰ। ਦੇਖੋ, ਇਹ ਸਾਰੀ ਗੱਲ ਜਿਹੜੀ ਪਰਸਨਲ ਵਿਊਜ਼, ਮੈਂ ਆਪਣੀ ਵੋਟ ਜਿਹਨੂੰ ਪਾਵਾਂਗਾ ਪਾ ਦਿਆਂਗਾ, ਪਰ ਜਿਹੜੀ ਸਮੂਹ ਤੌਰ 'ਤੇ ਅਸੀਂ ਸਿੱਖ ਕੌਮ ਨੂੰ ਅਪੀਲ ਕਰਨੀ ਹੈ ਜਾਂ ਸੁਝਾਅ ਦੇਣੇ ਹੈਗੇ, ਉਹ ਸਮਝ ਲਓ ਵੀ ਅਸੀਂ ਪਹਿਲੀ ਦੇ ਆਸ ਪਾਸ ਦਿਆਂਗੇ, ਸਾਰੀਆਂ ਪਾਰਟੀਆਂ ਦਾ ਰੁੱਖ ਦੇਖ ਕੇ ਕਰਕੇ ਕਿਸ ਤਰ੍ਹਾਂ ਇਹਨਾਂ ਨੇ ਜਿਹੜੇ ਸਿੱਖ ਉਮੀਦਵਾਰ ਖੜ੍ਹੇ ਕੀਤੇ ਹੋਏ ਨੇ ਉਹਨਾਂ ਦੀ ਕਿੰਨੀ ਮਦਦ ਕਰ ਰਹੇ ਨੇ, ਕਿੰਨੀ ਨਹੀਂ ਕਰ ਰਹੇ, ਉਹਨੂੰ ਵੇਖਦੇ ਹੋਏ ਅਸੀਂ ਫੈਸਲਾ ਕਰਾਂਗੇ। ਇੰਡੀਵਿਜੁਅਲੀ ਕੋਈ ਫੈਸਲਾ ਇਹ ਨਹੀਂ ਅਸੀਂ ਕੀ ਸੋਚ ਰਹੇ ਹਾਂ, ਉਹ ਫੈਸਲਾ ਕਰਦੀ ਹੈ ਸਿੱਖ ਕੌਮ ਦੀ ਬਿਹਤਰੀ ਲਈ, ਮਰਿਆਦਾ ਅਤੇ ਪਰੰਪਰਾਵਾਂ ਲਈ, ਗੁਰਦੁਆਰਿਆਂ ਨੂੰ ਬਰਬਾਦੀ ਤਾਂ ਹੋ ਚੁੱਕੀ ਹੈ ਉਸ ਤੋਂ ਹੋਰ ਬਰਬਾਦੀ ਤੋਂ ਬਚਾਉਣ ਲਈ, ਆਪਣਾ ਇੰਸਟੀਟਿਊਸ਼ਨ ਨੂੰ ਬਚਾਉਣ ਦੇ ਲਈ, ਔਰ ਖਾਸ ਕਰਕੇ ਪੰਜਾਬ 'ਚ ਸ਼੍ਰੋਮਣੀ ਕਮੇਟੀ 'ਚੋਂ ਚੋਣਾਂ ਕਰਵਾਉਣ ਦੇ ਲਈ, ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਜਿਹੜੀ ਪਾਰਟੀ ਸਾਨੂੰ ਇਹਨਾਂ ਗੱਲਾਂ ਦਾ ਆਸ਼ਵਾਸਨ ਦੇਗੀ ਅਸੀਂ ਉਸ ਵੱਲ ਜਾਵਾਂਗੇ, ਦੇਖੀ ਜਾਏਗੀ ਜੋ ਹੋਏਗਾ। ਸੋ ਇਹ ਸਨ ਸਰਦਾਰ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਜੀ, ਜਿਨ੍ਹਾਂ ਨੇ ਸਿੱਖ ਸਿਆਸਤ ਦੇ ਵਿੱਚ ਵਾਪਰ ਰਹੇ ਘਟਨਾਕ੍ਰਮ ਦੇ ਉੱਪਰ ਆਪਣਾ ਪ੍ਰਤੀਕਰਮ ਦਿੱਤਾ ਹੈ। ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤਾਂ ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, ਐੱਲ ਓ ਆਰਸ, ਐੱਸ ਓ ਪੀ 'ਚ ਹੈਲਪ ਕਰਦੇ ਹਾਂ, ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।